ਇਹ ਭਗਵੰਤ ਮਾਨ ਦੀ ਸਾਡੇ ਕੋਲ ਖੁਦ ਕੋ ਇੱਕ ਕਲਿੱਪ ਪਈ ਹੈ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਕਿਲਿੰਗਸ ਹੋਈਆਂ ਨੇ ਇਹਨੇ ਖੁਦ ਪਾਰਲੀਮੈਂਟ 'ਚ ਕਿਹਾ ਸੀ ਕਿ ਕੋਈ ਇਹੋ ਜਿਹੀ FIR ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਹੋਣ ਕਦੀ ਪੁਲਿਸ ਵੀ ਅਨਨੋਨ ਹੋ ਸਕਦੀ ਹੈ ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਜੀ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ ਪੰਜਾਬ ਦੀ ਟੈਰੀਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕੇ ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ ਅੱਜ ਨੈਤਿਕ ਤੌਰ 'ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ ਤਸਲੀਮ ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਝੂਠ ਦਾ ਪਲੰਦਾ ਨਾ ਪੜੋ ਤੁਸੀਂ ਕੌਂਸਟੀਟਿਊਸ਼ਨਲ ਹੈੱਡ ਹੋ ਅਤੇ ਉਸੇ ਟਾਈਮ ਉਹਨਾਂ ਨੇ ਉਹ ਪਲੰਦਾ ਹੀ ਉੱਥੇ ਰੱਖ ਇੱਕ ਤਰੀਕਾ ਹੁੰਦਾ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇਣ ਦਾ ਕਿ ਮੈਂ ਐਗਰੀ ਕਰਨਾ ਤੁਹਾਡੀ ਇਸ ਗੱਲ 'ਤੇ ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ 'ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਐਡਰੈਸ ਪੜ੍ਹਨ ਤੋਂ ਹੀ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡਿਫੀਟ ਹੈ ਭਗਵੰਤ ਮਾਨ ਦੀ ਜੇ ਥੋੜ੍ਹੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੂਡੇ ਇਹਦਾ ਕਾਰਨ ਇਹ ਹੈ ਕਿ ਹੀ ਇਜ਼ ਨੋਟ ਦੀ CM ਆਫ ਪੰਜਾਬ ਐਨੀਮੋਰ ਹੀ ਇਜ਼ ਬੇਸਿਕਲੀ ਐਕਟਿੰਗ ਐਜ਼ ਏ ਏਜੰਟ ਆਫ ਦੀ ਸੈਂਟਰਲ ਗਵਰਨਮੈਂਟ ਪੰਜਾਬ ਦੀ ਨਾ ਟੈਰੀਟਰੀ ਪ੍ਰੋਟੈਕਟ ਕਰ ਪਾਇਆ ਨਾ ਪੰਜਾਬ ਦੇ ਕਿਸਾਨਾਂ ਦੇ ਹੱਕ ਪ੍ਰੋਟੈਕਟ ਕਰ ਪਾਇਆ ਲਗਾਤਾਰ ਅੱਜ 20 ਦਿਨ ਤੋਂ ਬਾਅਦ ਵੀ ਸ਼ੁਭਕਰਨ ਸਿੰਘ ਦੇ ਵਿੱਚ ਹੀ ਮੈਂ ਤੁਹਾਨੂੰ ਕੇਸ ਦੀ ਥੋੜ੍ਹੀ ਜਿਹੀ ਬੈਕਗ੍ਰਾਊਂਡ ਦੇਣਾ ਚਾਹੁੰਦਾ 27 ਤਰੀਕ ਨੂੰ ਮੈਂ ਆਪਣੇ ਲੋਇਰ ਦੇ ਜ਼ਰੀਏ ਇੱਕ ਰਿੱਟ ਪਾਈ ਸੀ ਹਾਈਕੋਰਟ ਦੇ ਵਿੱਚ ਜਿਹਦੀ 29 ਤਰੀਕ ਚੀਫ ਜਸਟਿਸ ਦੇ ਕੋਰਟ ਵਿੱਚ ਸੀ ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਘੱਲਿਆ ਸੀ ਗਵਰਨਮੈਂਟ ਆਫ ਪੰਜਾਬ ਨੂੰ ਇਹਨਾਂ ਨੂੰ ਪਤਾ ਸੀ ਕਿ ਹਾਈਕੋਰਟ ਵੱਲੋਂ ਡਾਇਰੈਕਸ਼ਨ ਹੋਣੀ FIR ਦਰਜ ਕਰਨੀ ਇੱਕ ਹਫ਼ਤਾ ਲਗਾਤਾਰ ਸ਼ੁਭਕਰਨ ਦੀ ਡੈੱਡ ਬੋਡੀ ਮੈਡੀਕਲ ਕਾਲਜ ਪਟਿਆਲੇ 'ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 'ਤੇ ਇਹਨੇ ਮਜਬੂਰੀ ਦੇ ਨਾਲ FIR ਦਰਜ ਕੀਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਅਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਵਿਖਾ ਸਕਦਾ ਮੇਰੇ ਕੋਲ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾ ਤੌਰ ਉਹਨਾਂ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਹੈ ਡੈਥ ਹੁੰਦੀ ਹੈ ਨੈਚੁਰਲ ਲਾਈਟ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਇਕੱਲੀ ਪੋਸਟਮਾਰਟਮ ਹੋ ਸਕਦੀ ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਜ਼ਰੀ ਹੈ ਫੋਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟਮਾਰਟਮ ਹਨੇਰੇ ਵਿੱਚ ਨਹੀਂ ਹੋਏਗਾ ਜਾਂ ਬਲਬ ਜਾਂ ਟਿਊਬਲਾਈਟ ਥੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਹੋਏਗਾ ਮੈਂ ਪੁੱਛਣਾ ਚਾਹੁੰਦਾ ਕੀ ਤੁਹਾਨੂੰ ਇਹੋ ਜਿਹੀ ਮਜਬੂਰੀ ਸੀ ਫਿਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣੇ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਣ ਦਾ ਬਣਾ ਦਿੱਤਾ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਪ੍ਰੈਸ ਵਾਲੇ ਵੀਰਾਂ ਨੂੰ 21 ਫਰਵਰੀ ਵਾਲੇ ਦਿਨ ਰੰਧਾਵਾ ਜੀ ਇਹਨਾਂ ਨੇ ਇੱਕ ਰੁੱਕਾ ਘੱਲਿਆ ਹਰਿਆਣੇ ਦੀ ਸਰਕਾਰ ਨੂੰ ਰੁੱਕਾ ਜਿਹਨੂੰ ਕਹੀਦਾ ਅਤਲਾਹ ਦਿੱਤੀ ਉਹਨਾਂ ਅਤਲਾਹ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਮੈਂ ਉਹੀ ਪੁੱਛਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਬਰਗਾੜੀ ਅਤੇ ਬਹਿਬਲ ਕਲਾਂ 'ਚ ਕਹਿੰਦੇ ਸੀ ਅਨਨੋਨ ਬੰਦਿਆਂ 'ਤੇ ਪਰਚਾ ਕਿਸ ਤਰ੍ਹਾਂ ਹੋ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ 'ਤੇ ਪਰਚੇ ਦੀ ਡਿਮਾਂਡ ਹੋ ਰਹੀ ਇਸ ਗੱਲ ਕਾਰਨ ਡਿਮਾਂਡ ਹੋ ਰਹੀ ਉਹ ਚੀਫ ਮਿਨਿਸਟਰ ਅਤੇ ਹੋਮ ਮਿਨਿਸਟਰ ਸਨ ਜੇ ਉੱਥੇ ਸ਼ਹਾਦਤਾਂ ਹੋਈਆਂ ਸੀ
ਤੇ ਚੀਫ ਮਿਨਿਸਟਰ ਦੇ ਤੇ ਹੋਮ ਮਿਨਿਸਟਰ ਦੇ ਹੁਕਮ ਨਾਲ ਗੋਲੀ ਚੱਲੀ ਸੀ। ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਅਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵਿਜ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ, ਉਹਦੇ 'ਤੇ ਕੇਸ ਦਾਇਰ ਹੋਣਾ ਚਾਹੀਦਾ। ਇਹੀ ਡਿਮਾਂਡ ਅਸੀਂ ਕੱਲ੍ਹ ਵੀ ਰੱਖੀ ਸੀ, ਅੱਜ ਵੀ ਰੱਖਣੇ ਅਤੇ ਕੱਲ੍ਹ ਵੀ ਰੱਖਾਂਗੇ। ਕਿਸਾਨਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਪ੍ਰੋਟੈਕਟ ਨਹੀਂ ਕਰ ਪਾਇਆ। ਮੈਂ ਅੱਜ ਪੁੱਛਣਾ ਚਾਹਾਂਗਾ, ਮਾਨ ਸਾਹਿਬ ਤੁਸੀਂ ਵਾਅਦਾ ਕੀਤਾ ਸੀ ਜੇ ਸੈਂਟਰ MSP ਨਹੀਂ ਦੇਵੇਗੀ ਤਾਂ ਮੇਰੀ ਸਰਕਾਰ MSP ਦੇਵੇਗੀ। ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ, ਉਹ ਚੁਟਕੀਆਂ ਮਾਰ ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦਿਓ ਕੈਪਟਨ ਸਾਹਿਬ, ਤੁਸੀਂ ਅਸਤੀਫਾ ਦਿਓ, 5 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ 'ਤੇ, ਗੰਢਿਆਂ 'ਤੇ, ਕੇਲਿਆਂ 'ਤੇ, ਹਰ ਚੀਜ਼ 'ਤੇ MSP ਦੇਵਾਂਗੇ। ਮੈਂ ਉਹਨਾਂ ਚੁਟਕੀ ਵਾਲਿਆਂ ਨੂੰ ਵੀ ਪੁੱਛਣਾ ਚਾਹੁੰਦਾ, ਅੱਜ ਮੌਕਾ ਆਇਆ, ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ, ਕਿਸਾਨੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਪਾਏ। ਸਾਡੀ ਵੀ ਸਰਕਾਰ ਸੀ, ਇੱਕ ਬੰਦੇ 'ਤੇ ਲਾਠੀ ਤੱਕ ਨਹੀਂ ਸੀ ਵੱਜੀ, ਦਿੱਲੀ ਤੱਕ ਇਹੀ ਕਿਸਾਨ ਸੇਫ ਪੈਸੇਜ ਦਵਾ ਕੇ ਹਰਿਆਣੇ ਦੇ ਜ਼ਰੀਏ ਦਿੱਲੀ ਤੱਕ ਪਹੁੰਚਾਏ ਗਏ ਸੀ। ਸਾਰੀ ਦੁਨੀਆ ਭਰ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਜਮੀਤ ਜੀ, ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਹੋ ਰਹੇ ਨੇ। ਮੋਦੀ ਸਾਹਿਬ ਨੂੰ ਮੈਂ ਇਹ ਗੱਲ ਚੰਦ ਦਿਨ ਪਹਿਲੇ ਦਿੱਲੀ 'ਚ ਵੀ AICC 'ਚੋਂ ਪੁੱਛੀ ਸੀ, ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫਰੈਂਚ ਪ੍ਰੈਜ਼ੀਡੈਂਟ ਮੈਕਰੋਨ ਨੂੰ ਸੱਦਿਆ ਸੀ, ਕੋਈ ਚੀਜ਼ ਮੈਕਰੋਨ ਸਾਹਿਬ ਤੋਂ ਹੀ ਸਿੱਖ ਲੈਣੀ ਸੀ। ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ, ਉੱਥੇ ਮੈਕਰੋਨ ਖੁਦ ਗਏ ਫਾਰਮਰਸ ਦੇ ਕੋਲ ਅਤੇ ਉਹਨਾਂ ਨੂੰ ਇਹ ਗੱਲ ਕਹੀ, ਤੁਹਾਡੀਆਂ ਜੈਨੂਇਨ ਡਿਮਾਂਡ ਅਸੀਂ ਮੀਟ ਕਰਾਂਗੇ। ਬ੍ਰਸਲਸ ਦੇ ਵਿੱਚ, ਮੈਡ੍ਰਿਡ ਦੇ ਵਿੱਚ ਅੱਜ ਵੱਡੇ ਪੈਮਾਨੇ 'ਤੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ, ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ। ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ, ਕੇਲੇ ਲਾਏ ਨੇ, ਸੀਮੈਂਟਡ ਸੜਕਾਂ ਬਣਾ ਦਿੱਤੀਆਂ ਨੇ, ਅਸੀਂ ਪੁੱਛਣਾ ਚਾਹੁੰਦਾ ਕਿ ਨੈਤਿਕ ਹੱਕ ਪੰਜਾਬ ਦੀ ਕਿਸਾਨੀ ਦਾ ਹੈ ਨਹੀਂ? ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰਨ, ਇਹ ਪਤਾ ਸੀ ਸੈਂਟਰ ਦੀ ਸਰਕਾਰ ਨੂੰ? ਮੇਰਾ ਇੱਕ ਗੱਲ, ਇੱਕ ਚੰਗੀ ਤਰ੍ਹਾਂ ਸਾਡਾ ਦੋਸ਼ ਹੈ ਕਿ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ, ਉਹਦੇ ਨਾਲ ਵਾਅਦਾ ਕੀਤਾ ਸੀ ਕਿ MSP ਨੂੰ ਲੀਗਲਾਈਜ਼ ਅਸੀਂ ਕਰਾਂਗੇ। ਜਿਹੜਾ UP ਦੇ ਵਿੱਚ ਲਖੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ 5-6 ਕਿਸਾਨ ਰੌਂਗ ਦਿੱਤੇ ਸੀ ਜੀਪ ਥੱਲੇ, ਉਹਨਾਂ ਨੂੰ ਸਜ਼ਾਵਾਂ ਅਸੀਂ ਦਵਾਵਾਂਗੇ। ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾਂ ਅਸੀਂ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ। ਕਿਸਾਨਾਂ ਦੀਆਂ 700 ਤੋਂ ਵੱਧ ਸ਼ਹਾਦਤਾਂ ਹੋਈਆਂ, ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ। ਬਣੇ ਹੋਏ ਰੇਲਵੇ ਟਰੈਕਸ 'ਤੇ, ਨੈਸ਼ਨਲ ਹਾਈਵੇਜ਼ 'ਤੇ ਕੇਸਿਸ ਅਸੀਂ ਵਾਪਸ ਕਰਾਂਗੇ। ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਉਣਗੇ। ਬਟ ਕਿਸਾਨ ਯੂਨੀਅਨਸ ਦੇ ਵਿੱਚ ਵੀ ਜੇ ਪਾੜ ਪਾਇਆ, ਭਗਵੰਤ ਮਾਨ ਨੇ ਅਤੇ ਇਹਦੇ ਇੰਟੈਲੀਜੈਂਸ ਦੇ ਅਫਸਰਾਂ ਨੇ ਪਾੜ ਪਾਇਆ, ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼, ਇਸ ਕਿਸਾਨੀ ਦੀ ਮੂਵਮੈਂਟ ਨੂੰ। ਸੋ ਅਸੀਂ ਉਹਨਾਂ ਚਿਹਰ ਕਾਂਗਰਸ ਇੱਥੇ ਟਿਕਣ ਨਹੀਂ ਦੇਵੇਗੀ ਭਗਵੰਤ ਮਾਨ ਨੂੰ, ਇਹ ਟਾਈਮ ਆ ਗਿਆ। ਭਗਵੰਤ ਮਾਨ ਜੀ, ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ। ਯੂ ਆਰ ਨੋਟ ਰਿਪ੍ਰਜੈਂਟਿੰਗ ਦੀ ਇੰਟਰਸਟ ਆਫ ਪੰਜਾਬ, ਔਨ ਦੀ ਕੌਂਟਰੀ ਯੂ ਆਰ ਅਡਰੈਸਿੰਗ ਦੀ ਇੰਟਰਸਟ ਆਫ ਦੀ ਸੈਂਟਰਲ ਗਵਰਨਮੈਂਟ ਐਂਡ ਦੀ ਹਰਿਆਣਾ ਗਵਰਨਮੈਂਟ। ਤੋ ਇਸ ਗੱਲ ਕਾਰਨ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ, ਇਹ ਬਕਾਇਦਾ ਤੌਰ ਕਿਸਾਨਾਂ ਨੂੰ ਯਕੀਨ ਦਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਹੈ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ। ਜਿਹੜੇ ਤੁਹਾਡੇ ਨਾਲ ਹੋਈਆਂ ਜ਼ਿਆਦਤੀਆਂ, ਅਸੀਂ ਉਹਨਾਂ ਚਿਰ ਨਹੀਂ ਆਰਾਮ ਨਾਲ ਬੈਠਾਂਗੇ ਜਿੰਨਾ ਚਿਰ ਸਾਰਿਆਂ ਦੇ ਕੇਸੇ ਰਜਿਸਟਰ ਨਹੀਂ ਹੁੰਦੇ। 300 ਤੋਂ ਵੱਧ ਨੂੰ ਦੁਨਾਲੀ ਦੇ ਸ਼ਰਿਆਂ ਨਾਲ 307 ਦੇ ਕੇਸਿਸ ਬਣਦੇ ਨੇ, ਉਹ ਫੱਟੜ ਪਏ ਨੇ। ਸੋ ਇੰਨਾ ਹੀ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਦੇ ਹਾਂ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ
ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਠ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ, ਤੁਸੀਂ ਕੋਨਸਟੀਟਿਊਸ਼ਨ ਹੈਡ ਹੋ, ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜ੍ਹਨਾ ਜ਼ਰੂਰੀ ਨਹੀਂ ਹੁੰਦਾ। ਤੋ ਅਸੀਂ ਮਸ਼ਕੂਰ ਹਾਂ, ਉਹਨਾਂ ਨੇ ਗੱਲ 'ਤੇ ਬਕਾਇਦਾ ਤੌਰ ਮੋਹਰ ਲਗਾਈ, ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ 'ਤੇ ਸੁੱਟ ਦਿੱਤੇ ਕਿ ਮੈਂ ਤਾਂ ਝੂਠ ਦਾ ਪਲੰਦਾ ਨਹੀਂ ਜੇ ਪੜ੍ਹਨਾ। ਸੋ ਇਹਦੇ ਵਿੱਚ ਮੈਂ ਸਮਝਣਾ ਡੈਮੋਕ੍ਰੇਸੀ ਦੀ ਅਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ। ਅੱਜ ਸਾਡੀ ਜਿਹੜੀ ਪਹਿਲੀ ਡਿਮਾਂਡ ਸੀਗੀ, ਅਸੀਂ ਗਵਰਨਰ ਸਾਹਿਬ ਦੇ ਐਡਰੈਸ ਦਾ ਕੋਈ ਵਿਰੋਧ ਨਹੀਂ ਕਰ ਰਹੇ ਸੀ। ਅਸੀਂ ਖੜ੍ਹੇ ਹੋ ਕੇ ਪਹਿਲਾਂ ਕਿਹਾ ਕਿ ਗਵਰਨਰ ਸਾਹਿਬ ਮਾਫ਼ੀ ਮੰਗਣ ਜੋ ਬੀਜੇਪੀ ਗਵਰਨਮੈਂਟ ਨੇ ਕੀਤਾ ਔਰ ਜੋ ਪੰਜਾਬ ਦੀ ਸਰਕਾਰ ਦਾ ਰਵੱਈਆ ਸਾਡੇ ਕਿਸਾਨਾਂ ਨਾਲ ਸੀ। ਅਸੀਂ ਕਿਹਾ ਮਾਫ਼ੀ ਮੰਗੋ, ਔਰ ਦੂਸਰਾ ਬਿਫੋਰ ਗਵਰਨਰ ਐਡਰੈਸ ਤੁਸੀਂ ਸ਼ਰਧਾਂਜਲੀ ਅਰਪਿਤ ਕਰੋ ਸ਼ੁਭਕਰਨ ਨੂੰ, ਜਿਹੜਾ ਉਹ 21 ਸਾਲਾਂ ਦਾ ਨੌਜਵਾਨ ਸ਼ਹੀਦ ਹੋ ਗਿਆ। ਕੀ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਾ ਸਕਦੀ ਸੀ? ਇਸ ਕਰਕੇ ਅਸੀਂ ਵਿਲ ਚਾਏ, ਆਪਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ, ਔਰ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਗਵਰਨਰ ਸਾਹਿਬ ਐਡਰੈਸ ਛੱਡ ਕੇ ਹੀ ਭੱਜ ਗਏ, ਉਹਨਾਂ ਨੇ ਐਡਰੈਸ ਨਹੀਂ ਪੜ੍ਹਿਆ। ਸਾਡੀ ਮੰਗ ਹੈ, ਚਲੋ 0 FIR ਕਰਤੀ ਇਹਨਾਂ ਨੇ, ਉਹ ਵੀ 8 ਦਿਨਾਂ ਬਾਅਦ। ਮੇਰਾ ਸਵਾਲ ਹੈ ਮੁੱਖ ਮੰਤਰੀ ਪੰਜਾਬ ਨੂੰ, 8 ਦਿਨਾਂ ਬਾਅਦ FIR ਦਰਜ ਕਿਉਂ ਕੀਤੀ? ਐਂਡ ਵਾਈ 0 FIR? ਕਿਉਂ 8 ਦਿਨਾਂ ਬਾਅਦ? ਜੇ 0 FIR ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੰਦਾ ਭਾਈ। 8 ਦਿਨ ਉਹਨਾਂ ਦੀ ਲਾਸ਼ ਵਿਚਾਰੀ ਹਸਪਤਾਲਾਂ 'ਚ ਰੁਲਦੀ ਰਹੀ। ਸ਼ੁਭਕਰਨ ਰੋਜ਼ ਮਰਦਾ ਰਿਹਾ, 8 ਦਿਨ ਲਗਾਤਾਰ ਮਰਦਾ ਰਿਹਾ। ਉਹਦੀ ਭੈਣ ਚੀਕਾਂ ਮਾਰ ਰਹੀ ਸੀ, ਉਹਦਾ ਬਾਪ ਕੱਲ੍ਹ ਮਿਲ ਕੇ ਆਏ ਆ, ਚੀਕਾਂ ਮਾਰ ਰਿਹਾ ਸੀ। ਔਰ ਇਹ 3 ਕਾਗਜ਼ ਕਾਲੇ ਕੀਤੇ ਹੈ, ਬਹਿਬਲ ਕਲਾਂ 'ਚ ਵੀ ਐਵੇਂ 0 FIR ਹੋਈ ਸੀ। ਬਾਜਵਾ ਸਾਹਿਬ ਨੇ ਠੀਕ ਕਿਹਾ, ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਲੋਕ ਸਭਾ 'ਚ ਕਹੀ ਕਿ ਪੁਲਿਸ ਸਾਨੂੰ ਪਛਾਤੀ ਨਹੀਂ ਹੁੰਦੀ। ਗੋਲੀ ਵੱਜ ਗਈ, ਰਬੜ ਬੁਲੇਟ ਵੱਜ ਗਿਆ। ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਕਲਕੱਤੇ ਜਾ ਕੇ ਮਰ ਜਾਏਗਾ, ਹਰਿਆਣਾ ਜਾ ਕੇ ਮਰ ਜਾਏਗਾ, FIR ਦਰਜ ਨਹੀਂ ਹੋਏਗੀ? ਰਬੜ ਬੁਲੇਟ ਤੁਸੀਂ ਹਰਿਆਣਾ ਪੁਲਿਸ 'ਤੇ ਪਰਚਾ ਦਰਜ ਕਰੋ, ਤੁਸੀਂ ਗ੍ਰਹਿ ਮੰਤਰੀ 'ਤੇ ਪਰਚਾ ਦਰਜ ਕਰੋ, ਇਨਵੈਸਟੀਗੇਸ਼ਨ ਬਾਅਦ 'ਚ ਕਰੋ। ਤੁਸੀਂ ਕਹਿੰਦਾ ਉਹਨੂੰ ਇਨਵੈਸਟੀਗੇਸ਼ਨ ਵੀ ਉਹ ਕਰਨਗੇ। ਫਿਰ ਪ੍ਰਿਤਪਾਲ ਦਾ ਕੀ ਹੋਇਆ, ਜਿਹੜਾ ਜੇਰੇ ਇਲਾਜ PGI 'ਚ ਪਿਆ, ਬੜੀਆਂ ਜਦੋਂ ਜਹਿਦ ਤੋਂ ਬਾਅਦ ਉਹਨੂੰ ਛੁਡਾ ਕੇ ਲਿਆਏ, ਉਹਦੇ ਗਲ 'ਚ ਰੱਸਾ ਪਾਇਆ ਗਿਆ, ਉਹਦੇ ਮੂੰਹ 'ਚ ਪਲੇਟਾਂ ਪਾਈਆਂ ਵੀ ਹੈ, ਉਹ ਬੋਲ ਨਹੀਂ ਸਕਦਾ। ਉਹ ਕਹਿ ਰਿਹਾ ਕਿ ਮੈਨੂੰ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਈ, ਉੱਥੇ ਮੀਡੀਆ ਅਲਾਊ ਨਹੀਂ ਹੈ। ਤੁਸੀਂ ਪੁੱਛੋ ਪ੍ਰਿਤਪਾਲ ਨੂੰ, ਉਹਦੇ ਗਲੇ 'ਚ ਰੱਸਾ ਕਿਹਨੇ ਪਾਇਆ, ਉਹਦੀਆਂ ਲੱਤਾਂ ਕਿਹਨੇ ਤੋੜੀਆਂ, ਉਹਦਾ ਮੂੰਹ ਕਿਹਨੇ ਤੋੜਿਆ, ਉਹ FIR ਕੌਣ ਦਰਜ ਕਰੇਗਾ? ਫਿਰ ਜਿਹੜੇ ਸੈਂਕੜਿਆਂ ਦੀ ਤਾਦਾਦ 'ਚ ਸਾਡੇ ਕਿਸਾਨ ਉੱਥੇ ਅੱਖਾਂ ਕੱਢਤੀਆਂ, ਲੱਤਾਂ ਤੋੜਤੀਆਂ, ਉਹ FIR ਦਰਜ ਕੌਣ ਕਰੇਗਾ? ਟਰੈਕਟਰ ਤੋੜਤੇ, ਕਾਰਾਂ ਤੋੜਤੀਆਂ। ਫਿਰ ਇਸ ਗੱਲ ਦੀ ਪੁਸ਼ਟੀ ਮੰਗਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ। ਤੁਸੀਂ ਕਿਹਾ, ਤੁਹਾਡੇ DGP ਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ। ਹਾਂ, ਬੰਦੇ ਮਰਵਾਉਣ ਤੁਸੀਂ ਭੇਜਤੇ, ਹੈਡਰਾ ਤੁਸੀਂ ਬੰਦ ਕਰਤਾ, JCB ਬੰਦ ਕਰਤੀ, ਪੋਕਲੇਨ ਨਹੀਂ ਲੈ ਕੇ ਜਾ ਸਕਦੇ, ਉਹਨਾਂ ਨੇ ਪਾਕਿਸਤਾਨ ਬਣਾਤਾ। ਉਹ ਸਾਡੀ ਸਰਹੱਦ 'ਤੇ ਆ ਕੇ ਸ਼ਰੇ ਮਾਰ ਰਹੇ, ਅਥਰੂ ਗੈਸ ਦੇ ਗੋਲੇ ਸਿੱਟ ਰਹੇ, ਡਰੋਨ ਭੇਜ ਰਹੇ, ਕੌਣ ਪਰਚਾ ਦਰਜ ਕਰੇਗਾ? ਸੋ ਸਾਡੀਆਂ ਇਹ ਤਮਾਮ ਮੰਗਾਂ, ਸਾਨੂੰ ਕਿਸਾਨਾਂ ਨੂੰ ਦਿੱਲੀ ਜਾਣ ਦਿਓ, ਵਿਰੋਧੀਆਂ 'ਤੇ ਬਾਏ ਨੇਮ FIR ਦਰਜ ਕਰੋ। ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਹੈ ਜਾਂ ਪ੍ਰਿਤਪਾਲ, ਉਹ ਵੀ ਮੁਕੱਦਮਾ ਦਰਜ ਕਰੋ। ਜਿਹੜੇ ਕਿਸਾਨ ਸ਼ਹੀਦ ਹੋਏ ਆ ਹੋਰ, ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ। ਕੋਈ ਮੁੱਖ ਮੰਤਰੀ ਸਾਹਿਬ ਨੇ ਆਪਦੀ ਜੇਬ 'ਚੋਂ ਮੁਆਵਜ਼ਾ ਨਹੀਂ ਦਿੱਤਾ, ਇਹ ਲੋਕਾਂ ਦਾ ਜਿਹੜਾ ਟੈਕਸ ਮਨੀ ਆ ਉਹ ਦਿੱਤਾ। ਸੋ ਨੌਕਰੀ ਵੀ ਦੇਣ ਤਮਾਮ ਕਿਸਾਨ ਜਿਹੜੇ ਸ਼ਹੀਦ ਹੋਏ ਹੈ ਇਸ ਮੂਵਮੈਂਟ ਦੇ ਵਿੱਚ, ਅਤੇ ਗਾਂਹ ਤੋਂ ਇਹ ਯਕੀਨ ਦਿਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ। ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ, ਦਿੱਲੀ ਦੀਆਂ ਬਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਕੇ ਆਏ ਸੀ, ਇੱਕ ਕਿਸਾਨ 'ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ। ਸੋ ਇਹ ਲੜਾਈ ਸਾਡੀ, ਅਗਲਾ ਜਿਹੜਾ ਫੈਸਲਾ ਹੋਏਗਾ ਕੱਲ੍ਹ ਦੇ ਹਾਊਸ ਦਾ, ਇਹ ਲੜਾਈ ਜਾਰੀ ਰਹੇਗੀ। CLP ਸਾਹਿਬ
ਅਤੇ ਜੋ ਫੈਸਲਾ CLP ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ CLP ਅਗਲੀ ਲੜਾਈ ਇਸੇ ਤਰ੍ਹਾਂ ਅਸੀਂ ਕਿਸਾਨ ਦੀ ਲੜਾਂਗੇ ਔਰ ਅੰਤਿਮ ਸਮੇਂ ਤੱਕ ਲੜਾਂਗੇ ਜਿੰਨਾ ਚਿਕਰ ਹਰਿਆਣੇ ਦੇ ਗ੍ਰਹਿ ਮੰਤਰੀ ਅਤੇ SP ਜੀਂਦ ਅਤੇ SP ਅੰਬਾਲਾ ਉਲਟਾ ਇਹ ਡਾਇਰੈਕਸ਼ਨ ਦੇਤੀਆਂ ਕਿ ਨਾਮਜ਼ਦ ਕਰੋ 100 ਬੰਦੇ ਕਹਿੰਦੇ ਅਸੀਂ ਆਈਡੈਂਟੀਫਾਈ ਕਰਦੇ ਹਾਂ ਇਹਨਾਂ 'ਤੇ ਪਰਚਾ ਦਰਜ ਕਰੋ ਹਰਿਆਣੇ 307 ਦੇ ਪਰਚੇ ਦਰਜ ਕਰ ਦੇਣਗੇ ਇਹ ਕਹਿੰਦਾ ਇਹਨਾਂ ਦੇ ਪਾਸਪੋਰਟ ਰੱਦ ਕਰ ਦਿਓ ਜਿਹਨਾਂ ਦੀਆਂ ਫੋਟੋਆਂ ਇਹ ਸਰਾਸਰ ਧੱਕਾ ਹੈ ਪੱਗ ਵਾਲਿਆਂ ਨੂੰ ਖਾਲਿਸਤਾਨ ਕਿਹਾ ਜਾ ਰਿਹਾ ਕਲਕੱਤਾ 'ਚ 2 ਭਾਜਪਾ ਦੀਆਂ ਅੰਦੋਲਨਕਾਰੀ ਲੜਕੀਆਂ ਇੱਕ ਸਿੱਖ ਆਫਿਸਰ ਨੂੰ ਜਿਹਦੇ ਮੋਢੇ 'ਤੇ ਸ਼ੇਰ ਲੱਗਿਆ ਸੀ IPS ਸੀ ਉਹਨੂੰ ਕਿਹਾ ਉਹਨੇ ਰੋਕਿਆ ਉਹ ਕਹਿੰਦਾ ਤੂੰ ਖਾਲਿਸਤਾਨੀ ਹੋ ਪੱਗ ਵਾਲਿਆਂ ਨੂੰ ਖਾਲਿਸਤਾਨ ਬਣਾਤਾ ਇਸ BJP ਦੀ ਸਰਕਾਰ ਨੇ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਕਹਿਣ 'ਤੇ ਪੰਜਾਬ ਸਰਕਾਰ ਕਠਪੁਤਲੀ ਦੀ ਤਰ੍ਹਾਂ ਨੱਚ ਰਹੀ ਹੈ।